ਅੱਜ ਅਸੀਂ ਸਾਰੇ ਮਿਲੇ ਹਾਂ ਜੀ, ਰਾਜਵਿੰਦਰ ਸਿੰਘ ਜੀ ਹੈ, ਸਰਦਾਰ ਮਨਤਾਰ ਸਿੰਘ ਬਰਾੜ ਹੈ ਜਿਹੜੇ ਰਾਜਵਿੰਦਰ ਸਿੰਘ ਦੇ ਇਲੈਕਸ਼ਨ ਏਜੰਟ ਵੀ ਹੈ। ਜਿਸ ਦਿਨ ਕਾਗਜ਼ਾਂ ਦੀ ਓਬਜੈਕਸ਼ਨ ਦੀ ਮਿਤੀ ਸੀ ਉਸ ਦਿਨ ਸਾਡੇ ਕੈਂਡੀਡੇਟ ਦੇ ਬਿਹਾਫ 'ਤੇ ਬਰਾੜ ਸਾਹਿਬ ਨੇ ਇੱਕ ਓਬਜੈਕਸ਼ਨ ਫਾਈਲ ਕੀਤਾ ਸੀ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਕਰਮਜੀਤ ਅਨਮੋਲ, ਉਹ ਇੱਕ ਰਿਜ਼ਰਵ ਹਲਕੇ ਤੋਂ ਇਲੈਕਸ਼ਨ ਲੜ ਰਿਹਾ ਹੈ, ਜਦੋਂ ਕਿ ਉਹ SC ਕਮਿਊਨਿਟੀ ਨੂੰ ਬਿਲੋਂਗ ਨਹੀਂ ਕਰਦਾ, ਉਹ ਮਰਾਸੀ ਭਾਈਚਾਰੇ ਨੂੰ ਬਿਲੋਂਗ ਕਰਦਾ ਜਿਹੜੀ ਕਿ ਗਵਰਨਮੈਂਟ ਆਫ ਇੰਡੀਆ ਅਤੇ ਗਵਰਨਮੈਂਟ ਆਫ ਪੰਜਾਬ ਦੇ ਨੋਟੀਫਿਕੇਸ਼ਨ ਦੇ ਹਿਸਾਬ ਨਾਲ BC ਕਮਿਊਨਿਟੀ 'ਚ ਆਉਂਦੀ। ਸਾਨੂੰ ਇਹ ਸੂਚਨਾ ਮਿਲੀ ਸੀ ਕਿ ਇਹਦਾ ਸਕੂਲ ਦਾ ਦਾਖਲਾ ਅਤੇ ਖਾਰਜ ਰਜਿਸਟਰ ਹੈ ਜਿਹੜਾ ਉਹਦੇ ਵਿੱਚ ਦਰਜ ਹੈ। ਜਿਸ ਦਿਨ ਇਹ ਸਕੂਲ ਦੇ ਵਿੱਚ ਦਾਖਲਾ ਲੈਂਦਾ ਹੈ ਉਹਦੇ ਵਿੱਚ ਵੀ ਦਰਜ ਹੈ ਕਿ ਇਹ ਮਰਾਸੀ ਭਾਈਚਾਰੇ ਨੂੰ ਬਿਲੋਂਗ ਕਰਦਾ, ਇਹਦੀ ਜਾਤੀ ਮਰਾਸੀ ਹੈ। ਜਿਸ ਦਿਨ ਇਹ ਸਕੂਲ ਛੱਡਦਾ ਹੈ ਉਸ ਦਿਨ ਵੀ ਸਕੂਲ ਲੀਵਿੰਗ ਸਰਟੀਫਿਕੇਟ ਵੇਲੇ ਉਹ ਸਕੂਲ ਖਾਰਜ ਰਜਿਸਟਰ 'ਚ ਦਰਜ ਹੈ ਕਿ ਇਹ ਮਰਾਸੀ ਭਾਈਚਾਰੇ ਨੂੰ ਮਰਾਸੀ ਜਾਤੀ ਨੂੰ ਬਿਲੋਂਗ ਕਰਦਾ। ਅਸੀਂ ਡਿਪਟੀ ਕਮਿਸ਼ਨਰ ਜਿਹੜਾ ਕਿ ਸਾਡਾ ਡਿਸਟ੍ਰਿਕਟ ਇਲੈਕਸ਼ਨ ਅਫਸਰ ਵੀ ਹੈ ਉਹਨੂੰ ਇਹ ਕੰਪਲੇਂਟ ਦਿੱਤੀ ਸੀ ਕਿ ਨਾ ਇਹਦਾ ਸਕੂਲ 'ਚੋਂ ਇਹਦਾ ਓਰਿਜਿਨਲ ਰਿਕਾਰਡ ਮੰਗਾਇਆ ਜਾਵੇ, ਇਹਦੇ ਕਾਗਜ਼ ਰੱਦ ਕੀਤੇ ਜਾਣ, ਕਿਉਂਕਿ ਇਹ ਕਿਸੇ ਜੈਨੂਇਨ SC ਭਾਈਚਾਰੇ, ਮਜ਼੍ਹਬੀ ਸਿੱਖ ਭਾਈਚਾਰੇ ਦਾ ਹੱਕ ਮਾਰ ਰਿਹਾ ਹੈ। ਇਹ ਕਿਉਂਕਿ ਸਿਰਫ ਇਹ ਭਗਵੰਤ ਮਾਨ ਦਾ ਇੱਕ ਮਿੱਤਰ ਹੋਣ ਦੇ ਨਾਤੇ ਮਰਾਸੀ ਜਾਤੀ ਦੇ ਬੰਦੇ ਨੂੰ ਇੱਥੇ SC ਭਾਈਚਾਰੇ ਵਾਲੀ ਸੀਟ 'ਤੇ ਲੜਾਇਆ ਜਾ ਰਿਹਾ ਹੈ। ਇਹ ਸਰਕਾਰ ਦੀ ਸਾਰੀ ਇਹ ਸ਼ਡਿਅੰਤਰ ਸਰਕਾਰ ਨੇ ਰਚਿਆ। ਚਲੋ ਅਫਸਰ ਉਦੋਂ ਸਰਕਾਰ ਦੇ ਪ੍ਰੈਸ਼ਰ ਥੱਲੇ ਸੀ, ਸਾਡੀ ਇੱਕ ਨਾ ਸੁਣੀ ਇਹਦੇ ਕਾਗਜ਼ ਉਹਨਾਂ ਨੇ ਐਕਸੈਪਟ ਕਰ ਲਏ। ਅਸੀਂ ਮੁੜ ਕੇ ਕਿਸੇ ਸੱਜਣ ਨੇ RTI ਦੇ ਵਿੱਚ ਜਾਣਕਾਰੀ ਮੰਗੀ ਇਹਦੇ ਸਕੂਲ ਤੋਂ, ਸਕੂਲ ਹੈ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲ। ਆਹ ਦੋਨੋਂ 29 ਅਸੀਂ ਕਾਗਜ਼ ਨਾਲ ਕੀਤੇ ਹੈ ਸਾਡੀ ਕੰਪਲੇਂਟ ਦੇ। ਆਹ ਦੇਖੋ ਜਿਸ ਦਿਨ ਇਹ ਦਾਖਲ ਹੁੰਦਾ, ਹੁਣ ਮੈਂ ਤੁਹਾਨੂੰ ਕਾਗਜ਼ ਦਿਖਾ ਦਿਆਂ ਥੋੜ੍ਹਾ ਪਿੱਛੇ ਕਰ ਲਓ ਤਾਂ, ਆਹ ਜਿਸ ਦਿਨ ਦਾਖਲ ਹੁੰਦਾ ਇਹਦਾ ਦਾਖਲਾ ਰਜਿਸਟਰ ਹੈ, ਨਾਮ ਕਰਮਜੀਤ ਸਿੰਘ, ਜਨਮ ਤਿਥੀ 2/1/1972, ਜਾਤੀ ਮਰਾਸੀ, ਫਾਦਰਸ ਨੇਮ ਸਾਧੂ ਸਿੰਘ, ਜਾਤੀ ਮਰਾਸੀ, ਕਿੱਤਾ ਜਿਹੜਾ ਖੇਤੀ, ਅਤੇ ਦਾਖਲ ਹੋਣ ਦੀ ਕਲਾਸ ਹੈ ਜਿਹੜੀ ਉਹ 6ਵੀਂ 'ਚ ਇੱਥੇ ਦਾਖਲ ਹੋਇਆ। ਹੁਣ ਆ ਗਿਆ ਇਹਦਾ ਸਕੂਲ ਲੀਵਿੰਗ ਵਾਲੀ ਗੱਲ, ਆ ਉਹਦਾ ਸਕੂਲ ਲੀਵਿੰਗ ਵਾਲਾ ਦਾਖਲਾ ਰਜਿਸਟਰ ਦੇ ਵਿੱਚ ਉਹਨਾਂ ਨੇ RTI 'ਚ ਦਿੱਤਾ, ਕਰਮਜੀਤ ਸਿੰਘ ਆ ਉਹਦੀ ਜਨਮ ਤਿਥੀ ਆ ਗਈ, ਸਾਧੂ ਸਿੰਘ ਬਾਪ ਦਾ ਨਾਂ, ਜਾਤੀ ਮਰਾਸੀ, ਕਿੱਤਾ ਇੱਥੇ ਮਜ਼ਦੂਰੀ ਇਹਨਾਂ ਨੇ ਕੀਤਾ, ਰਿਹਾਇਸ਼ ਜਲਾਲ, 9ਵੀਂ ਕਲਾਸ ਦੇ ਵਿੱਚ ਛੱਡਿਆ, ਸਕੂਲ ਲੀਵਿੰਗ ਸਰਟੀਫਿਕੇਟ ਦੇਣ ਦੀ ਤਿਥੀ 5/5/88। ਸੋ ਇਹ ਸਕੂਲ ਦੇ ਵਿੱਚ ਪੜ੍ਹਿਆ ਜੀ 1/8/84 ਤੋਂ 5/5/88 ਤੱਕ। ਸੋ ਦੋਨੋਂ ਜਿਹੜੇ ਇਹਦੇ ਦਾਖਲ ਹੋਣ ਵੇਲੇ ਦਾ ਰਜਿਸਟਰ ਹੈ, ਸਕੂਲ ਛੱਡਣ ਵੇਲੇ ਦਾ ਰਜਿਸਟਰ ਹੈ, ਦੋਨੋਂ ਦੀਆਂ ਕਾਪੀਆਂ RTI ਦੇ ਵਿੱਚ ਲਿੱਤੀਆਂ ਗਈਆਂ ਅਤੇ ਦੋਨਾਂ ਦੇ ਵਿੱਚ ਇਹਦੀ ਜਾਤੀ ਮਰਾਸੀ ਦਰਸਾਈ ਗਈ ਹੈ। ਫਿਰ ਇਹ SC ਭਾਈਚਾਰਾ ਜਿਹੜੀ ਸਾਡੀ ਰਿਜ਼ਰਵ ਸੀਟ ਹੈ ਮਜ਼੍ਹਬੀ ਸਿੱਖ ਭਾਈਚਾਰੇ ਵਾਸਤੇ, ਉੱਥੇ ਕਿਵੇਂ ਲੜ ਸਕਦਾ? ਉਹ ਇੱਕ ਫੇਕ ਜਿਹੜਾ ਸਰਟੀਫਿਕੇਟ ਬਣਾਇਆ ਗਿਆ SC ਭਾਈਚਾਰੇ ਦਾ, SC ਦਾ ਇੱਕ ਸ਼ਡਿਊਲ ਕਾਸਟ ਦਾ ਫੇਕ ਸਰਟੀਫਿਕੇਟ ਇਹਨੇ ਬਣਾਇਆ, ਉਹਦੇ ਬਾਰੇ ਕੰਪਲੇਂਟ ਅੱਜ ਰਾਜਵਿੰਦਰ ਸਿੰਘ ਹੋਰਾਂ ਨੇ ਦਿੱਤੀ ਹੈ ਕਿ ਇਹਦਾ ਫੇਕ ਸਰਟੀਫਿਕੇਟ ਹੈ ਜਿਹਨੇ ਬਣਾਇਆ। ਇੱਕ ਕਾਪੀ ਇਸ ਕੰਪਲੇਂਟ ਦੀ ਅਸੀਂ ਕਿਹਾ ਇਲੈਕਸ਼ਨ ਕਮਿਸ਼ਨ ਨੂੰ ਭੇਜੀ ਜਾਵੇ, ਇੱਕ ਕਾਪੀ ਜ਼ਿਲ੍ਹੇ ਦੇ SSP ਨੂੰ ਭੇਜੀ ਜਾਵੇ, ਇਹਦੇ 'ਤੇ ਪਰਚਾ ਦਰਜ ਹੋਣਾ ਚਾਹੀਦਾ। ਇਹਨੇ ਫੇਕ SC ਸਰਟੀਫਿਕੇਟ ਬਣਾਇਆ, ਇੱਕ SC ਭਾਈਚਾਰੇ ਦਾ ਹੱਕ ਮਾਰਿਆ। ਜਿਹੜੇ ਜਿਹੜੇ ਲੋਕ ਇਹਦੇ ਸਹਾਈ ਹੋਏ ਹੈ ਸਰਟੀਫਿਕੇਟ ਬਣਾਉਣ ਦੇ ਵਿੱਚ,
ਜਿਹੜੇ ਜਿਹੜੇ ਲੋਕ, ਚਾਹੇ ਉਹ ਕੋਈ ਅਫਸਰ ਹੈ ਚਾਹੇ ਸਿਆਸੀ ਬੰਦੇ ਹੈ, ਜਿਹੜਾ ਵੀ ਅਫਸਰ ਜਾਂ ਸਿਆਸੀ ਬੰਦਾ ਇਹਦੇ ਵਿੱਚ ਇਨਵੋਲਵਡ ਹੈ ਉਹਦੇ ਖਿਲਾਫ ਕਾਰਵਾਈ ਹੋਵੇ। ਰਿਜੈਕਟ ਤਾਂ ਇਹਨੂੰ ਪੰਜਾਬ ਦੇ ਲੋਕਾਂ ਨੇ ਹੀ ਕਰ ਦੇਣਾ, ਪਰ ਜਿਨ੍ਹਾਂ ਨੇ ਇਹ ਗਲਤ ਸਰਟੀਫਿਕੇਟ ਬਣਾਇਆ, ਸਾਡੀ ਲੜਾਈ ਇਹ ਹੈ ਕਿਉਂਕਿ ਇਹ ਬੁਰੀ ਤਰ੍ਹਾਂ ਨਾਲ ਹਾਰ ਰਿਹਾ ਇਹ, ਇੱਕ ਮੈਂ ਤੁਹਾਨੂੰ ਅੱਜ ਸਪਸ਼ਟ ਕਰ ਦਿਆਂ, ਪਰ ਸਾਡੀ ਲੜਾਈ ਇਹ ਹੈ ਕਿ ਜਿਨ੍ਹਾਂ ਨੇ ਹੱਕ ਮਾਰਿਆ ਉਹ ਇਕੱਲੇ ਹਾਰਨੇ ਨਹੀਂ ਚਾਹੀਦੇ, ਉਹਨਾਂ 'ਤੇ ਪਰਚੇ ਦਰਜ ਹੋਣੇ ਚਾਹੀਦੇ। ਅਸੀਂ ਪਰਚਾ ਦਰਜ ਕਰਾਵਾਂਗੇ, ਨਾਲੇ ਕਰਮਜੀਤ ਅਨਮੋਲ 'ਤੇ ਕਰਾਵਾਂਗੇ, ਜਿਨ੍ਹਾਂ ਨੇ ਇਹਦਾ ਸਰਟੀਫਿਕੇਟ ਗਲਤ ਬਣਵਾਇਆ ਉਹਨਾਂ ਦਾ ਕਰਾਵਾਂਗੇ। ਅਸੀਂ ਮਾਨਯੋਗ ਏ ਡੀ ਸੀ ਸਾਹਿਬ ਨੂੰ ਅੱਜ ਜੋ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਰਿਜ਼ਰਵ ਤੋਂ ਉਮੀਦਵਾਰ ਨੇ, ਉਹਨਾਂ ਦੇ ਖਿਲਾਫ ਉਹਨਾਂ ਨੇ ਜੋ ਗਲਤ ਝੂਠਾ ਜਾਤੀ ਸਰਟੀਫਿਕੇਟ ਬਣਾ ਕੇ ਗੁੰਮਰਾਹ ਕਰਕੇ ਉਮੀਦਵਾਰ ਦੇ ਕਾਗਜ਼ ਦਾਖਲ ਕੀਤੇ ਹਨ, ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਦੇ ਨੂੰ ਲੈ ਕੇ ਔਰ ਵਿਦ ਸਬੂਤ ਅਸੀਂ ਏ ਡੀ ਸੀ ਸਾਹਿਬ ਨੂੰ ਅੱਜ ਇੱਕ ਐਪਲੀਕੇਸ਼ਨ ਦਿੱਤੀ ਹੈ ਕਿ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾ ਸਕੇ ਔਰ ਜੋ ਵੀ ਇਹਦੇ ਵਿੱਚ ਇਨਵੋਲਵ ਹੈ ਉਹਨਾਂ ਦਾ ਝੂਠਾ ਜਾਤੀ ਸਰਟੀਫਿਕੇਟ ਬਣਾਉਣ ਦੇ ਵਿੱਚ ਉਹਨਾਂ ਦੇ ਬਣਦੀ ਕਾਰਵਾਈ ਕਰਕੇ ਉਹਨਾਂ ਦੇ ਪਰਚਾ ਕੱਟਿਆ ਜਾਵੇ। ਉਹ ਇਸ ਤੋਂ ਇਲਾਵਾ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਇਹ ਰਿਜ਼ਰਵ ਜਿਹੜੀ ਸੀਟ ਹੈ ਇਹਦੇ 'ਤੇ ਰਿਜ਼ਰਵ ਕੈਟਾਗਰੀ ਦਾ ਹੱਕ ਮਾਰਨ ਦੇ ਲਈ, ਹੱਕ ਮਾਰਨ ਦੀ ਨੀਤ ਨਾਲ ਇਹ ਜੋ ਭਗਵੰਤ ਮਾਨ ਸਾਹਿਬ ਦੇ ਅਤੀ ਨਜ਼ਦੀਕੀ ਨੇ ਕਰਮਜੀਤ ਅਨਮੋਲ, ਇਹ ਇਹਨਾਂ ਨੇ ਝੂਠਾ ਜਾਤੀ ਸਰਟੀਫਿਕੇਟ ਬਣਾ ਕੇ ਇਹ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਉਮੀਦਵਾਰ ਜਿਹੜਾ ਉਹ ਬਣੇ ਨੇ, ਅਤੇ ਮੈਂ ਚਾਹੁੰਦਾ ਕਿ ਉਹਨਾਂ ਦੀ ਜਿਹੜੀ ਹੈ ਉਮੀਦਵਾਰੀ ਵੀ ਰੱਦ ਹੋਵੇ, ਉਹਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕੇ।